ITBP BSF वाले ने ये राजपाशा एक्ट का उल्लंघन कितने कितने कर रहे हैं। ऑफिशियल एक्ट कहता है ऑफिसर का नाम भी तीन पासों होना चाहिए, वो भी सूबे के पास सब तो उपर सरकारी स्कूल पढ़ रहे हैं, उन्होंने पंजाबी कंपलसरी है कुछ स्कूल पढ़ रहे हैं बच्चे, पहले पंजाबी माँ बोली का प्रचार कर लग जाते पर आप कन्नड़ ने आप उन्होंने पंजाबी नहीं आती। लोग कुछ भी कहे मैनू लगता है वो मैनू तो असर नहीं है, पंजाब की भाषा तो सभ्याचार का उन्नति लिए प्रफुल्लित लिए काम करांगा। लखा साधारण वर्ग लोग लड़नगे अपनी माँ बोली लड़नगे। ਤੁਹਾਨੂੰ ਲੱਗਦਾ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਆ ਉਹ ਬੀਜੇਪੀ ਦੀ ਹੈ, ਤੁਹਾਨੂੰ ਲੱਗਦਾ ਖੁਦ ਉਹ ਹਿੰਦੀ ਦਾ ਪ੍ਰਚਾਰ ਕਰਦੇ ਨੇ? ਇਹ ਕੇਂਦਰ ਸਰਕਾਰ ਜਾਂ ਬੀਜੇਪੀ ਸਰਕਾਰ ਦੀ ਗੱਲ ਨਹੀਂ ਹੈ, ਇਹ ਰਾਜਪਾਸੇ ਐਕਟ ਦੀ ਗੱਲ ਹੈ। ਇਹਨਾਂ ਨੂੰ ਮਾਇਨੇ ਛੱਡਣਾ ਪਾਵੇ BSF ਹੋਵੇ ITBP ਹੋਵੇ ਜਾਂ ਡਾਕਖਾਨਾ ਹੋਵੇ, ਜੇਕਰ 21 ਫਰਵਰੀ ਤੱਕ ਡਿਪਾਰਟਮੈਂਟ ਦੇ ਵਿੱਚ ਭਾਸ਼ਾ ਨਾ ਲਾਗੂ ਹੋਈ ਕੇਂਦਰੀ ਮਹਿਕਮੇ ਦੇ ਵਿੱਚ, ਤਾਂ ਫਿਰ ਅੱਗੇ ਤੁਹਾਡੇ ਵੱਲੋਂ ਕੀ ਸਟੈਪ ਹੋਊਗਾ? ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰ ਰਹੇ ਲਗਾਤਾਰ ਪੰਡਿਤ ਰਾਵਤ ਨੇ ਉਹ ਜਿਹੜੇ ਨੇ ਉਹ ਹੁਣ ਕੇਂਦਰੀ ਮਹਿਕਮਿਆਂ ਦੇ ਵਿੱਚ ਵੀ ਪਹੁੰਚ ਚੁੱਕੇ ਨੇ, ਯਾਨੀ ਕਿ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਮਹਿਕਮੇ ਬਣਾਏ ਗਏ ਨੇ ਉੱਥੇ ਵੀ ਜਿਹੜੇ ਪਹੁੰਚ ਚੁੱਕੇ ਨੇ, ਕਿਉਂਕਿ ਜੇਕਰ ਕੇਂਦਰੀ ਮਹਿਕਮਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਖਾਸ ਤੌਰ 'ਤੇ ਜਿਹੜਾ ਹੈ ਭਾਸ਼ਾਵਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਭਾਸ਼ਾ ਉਹ ਅਲੱਗ ਅਲੱਗ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਸੀ ਕਿ ਸਭ ਵਾਸਤੇ ਜਿਹੜੀ ਪੰਜਾਬੀ ਆ ਉਹ ਨਜ਼ਰ ਹੀ ਨਹੀਂ ਆਉਂਦੀ ਸੀ, ਅਤੇ ਦੂਜੇ ਪਾਸੇ ਉਹਨਾਂ ਨੇ 21 ਫਰਵਰੀ ਤੱਕ ਜਿਹੜਾ ਕੇਂਦਰੀ ਮਹਿਕਮੇ ਦੇ ਦਫ਼ਤਰਾਂ ਦੇ ਬੋਰਡ ਨੂੰ ਜਿਹੜਾ ਤਿੰਨ ਭਾਸ਼ਾਵਾਂ 'ਚ ਲਗਾਉਣ ਦਾ ਜਿਹੜਾ ਸਮਾਂ ਉਹ ਦਿੱਤਾ। ਸੋ ਅਸੀਂ ਬਾਈ ਜੀ ਨਾਲ ਗੱਲਬਾਤ ਕਰਾਂਗੇ, ਪੰਡਿਤ ਰਾਵਤ ਨੇ ਅਵਰ ਜੀ ਨਾਲ, ਅਵਰ ਜੀ RTI ਪਾਈ ਹੈ ਉਹਦੇ ਵਿੱਚ ਕੀ ਖੁਲਾਸਾ ਕੀਤਾ ਅਤੇ ਹੁਣ ਕਿਹੜੇ ਕਿਹੜੇ ਡਿਪਾਰਟਮੈਂਟ ਵਿੱਚ ਜਾ ਕੇ ਆਇਓ? ਜੀ RTI ਦੇ ਵਿੱਚ ਮੈਂ ਮਾਹਿਤੀ ਮੰਗਿਆ ਕਿ ਜਿੰਨੇ ਵੀ ਕੇਂਦਰ ਸਰਕਾਰ ਦੇ ਦਫ਼ਤਰ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਬੋਰਡ ਕਿਹੜੇ ਭਾਸ਼ਾ ਵਿੱਚ ਲਿਖਣਾ ਚਾਹੀਦਾ। ਮੇਰੇ RTI ਦੇ ਰਿਪਲਾਈ ਦੇ ਵਿੱਚ ਸਾਫ਼ ਤੌਰ 'ਤੇ ਰਾਜ ਭਾਸ਼ਾ ਵਿਭਾਗ ਦਿੱਲੀ ਨੇ ਕਿਹਾ ਕਿ ਸਭ ਤੋਂ ਉੱਪਰ ਖੇਤਰੀ ਭਾਸ਼ਾ ਹੋਣਾ ਚਾਹੀਦਾ। ਖੇਤਰੀ ਭਾਸ਼ਾ ਕਿਹੜਾ ਹੈ ਜੀ? ਪੰਜਾਬੀ। ਪੰਜਾਬੀ ਬਿਲਕੁਲ। ਉਸ ਤੋਂ ਬਾਅਦ ਹਿੰਦੀ ਰਾਜ ਭਾਸ਼ਾ, ਉਸ ਤੋਂ ਬਾਅਦ ਥੱਲੇ ਅੰਗਰੇਜ਼ੀ। ਪਰ ਬਹੁਤ ਸਾਰੇ ਦਫ਼ਤਰ ਦੇ ਵਿੱਚ ਜਿਵੇਂ ITBP ਡਾਕਖਾਨਾ BSF ਉਹ ਪੰਜਾਬੀ ਭਾਸ਼ਾ ਦੇ ਵਿੱਚ ਬੋਰਡ ਨਹੀਂ ਲਿਖਾਉਂਦੇ, ਉਹ ਬਹੁਤ ਸਾਰੇ ਆਫਿਸਰ ਦੇ ਨਾਮ ਵੀ ਪੰਜਾਬੀ 'ਚ ਨਹੀਂ ਲਿਖਾਉਂਦੇ। ਇਸ ਲਈ ਮੈਂ 21 ਫਰਵਰੀ ਤੱਕ ਸਮਾਂ ਦਿੱਤਾ, 21 ਫਰਵਰੀ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਹੁੰਦਾ ਹੈ, ਇਸ ਲਈ ਮੈਂ ਸਮਾਂ ਦਿੱਤਾ ਹੈ। ਜੇ ਲਿਖਾਉਣਗੇ ਤਾਂ ਸਹੀ, ਨਹੀਂ ਤਾਂ ਮੈਂ ਮਾਨਯੋਗ ਹਾਈਕੋਰਟ ਦੇ ਵਿੱਚ ਜਾ ਕੇ ਰਾਜ ਭਾਸ਼ਾ ਐਕਟ ਦਾ ਉਲੰਘਣ ਹੋ ਰਿਹਾ ਮੈਂ ਪੇਸ਼ ਕਰਾਂਗਾ, ਮੈਂ ਦਲੀਲ ਦੇਵਾਂਗਾ। ਰਾਜ ਭਾਸ਼ਾ ਐਕਟ ਦੀ ਗੱਲ ਕੀਤੀ ਜਾਵੇ, ਤੁਸੀਂ ਪਹਿਲਾਂ ਜਾਣਕਾਰੀ ਲਈ ਹੈ ਕਦੋਂ ਹੋਲ ਦੇ ਵਿੱਚ ਆਈ ਸੀ ਅਤੇ ਐਕਟ ਦੀ ਗੱਲ ਕੀਤੀ ਜਾਵੇ, ਇਹ ਐਕਟ ਕਿਵੇਂ ਲਾਗੂ ਹੁੰਦਾ ਅਤੇ ਕਿਵੇਂ ਕੰਮ ਕਰਦਾ ਉਹਦੀ ਥੋੜ੍ਹੀ ਜਾਣਕਾਰੀ ਦਰਸ਼ਕਾਂ ਨੂੰ ਸਾਂਝੀ ਕੀਤੀ? 1963 ਦੇ ਵਿੱਚ ਰਾਜ ਭਾਸ਼ਾ ਐਕਟ ਬਣਿਆ, ਉਹਦੇ ਤਹਿਤ ਕੇਂਦਰ ਸਰਕਾਰ ਦੀ ਇਹ ਫਰਜ਼ ਹੈ ਕਿ ਜਿੰਨੇ ਵੀ ਕੇਂਦਰ ਸਰਕਾਰ ਦੇ ਦਫ਼ਤਰ ਨੇ ਸਟੇਟ ਦੇ ਵਿੱਚ ਉੱਥੇ ਖੇਤਰੀ ਭਾਸ਼ਾ ਸਭ ਤੋਂ ਉੱਪਰ ਹੋਣਾ ਚਾਹੀਦਾ, ਉਸ ਤੋਂ ਬਾਅਦ ਰਾਜ ਭਾਸ਼ਾ ਹਿੰਦੀ ਹੋਣਾ ਚਾਹੀਦਾ, ਫਿਰ ਅੰਗਰੇਜ਼ੀ, ਭਾਵੇਂ ਉਹ ਬੋਰਡ ਹੋਵੇ, ਭਾਵੇਂ ਉਹ ਸਾਈਨ ਬੋਰਡ ਹੋਵੇ, ਭਾਵੇਂ ਆਫਿਸਰ ਦਾ ਨਾਮ ਹੋਵੇ, ਉਹ ਹੋਣਾ ਚਾਹੀਦਾ। ਇਹ ਇਸ ਲਈ ਬਣਿਆ ਗਿਆ ਐਕਟ ਤਾਂ ਕਿ ਕੇਂਦਰ ਸਰਕਾਰ ਦੇ ਦਫ਼ਤਰ ਦੇ ਵਿੱਚ ਖੇਤਰੀ ਭਾਸ਼ਾ ਦੇ ਲੋਕ ਆ ਕੇ ਸਮਝਣ ਕਿਹੜਾ ਦਫ਼ਤਰ ਹੈ, ਕੀ ਕੰਮ ਚੱਲਦਾ ਪਿਆ, ਕੀ ਹੈ। ਇਸ ਲਈ ਰਾਜ ਭਾਸ਼ਾ ਐਕਟ ਦੀ ਮਕਸਦ ਹੈ। ਪਰ ਡਾਕਖਾਨਾ ITBP BSF ਵਾਲੇ ਨੇ ਇਹ ਰਾਜ ਭਾਸ਼ਾ ਦੇ ਐਕਟ ਦਾ ਉਲੰਘਣਾ ਕਿੱਥੇ ਨਾ ਕਿੱਥੇ ਕਰ ਰਹੇ ਨੇ, ਇਸ ਲਈ ਮੈਂ ਉਹਨਾਂ ਨੂੰ ਸਮਾਂ ਦਿੱਤਾ ਹੈ। ਜੇ ਲਿਖਾਉਣਗੇ 21 ਫਰਵਰੀ ਤੱਕ, ਉਸ ਤੋਂ ਬਾਅਦ ਮੈਂ ਕਾਰਵਾਈ ਕਰਾਵਾਂਗਾ। ਅੱਜ ਦੀ ਗੱਲ ਕੀਤੀ ਜਾਵੇ, ਤੁਸੀਂ ਪਟਿਆਲਾ ਦੇ ਵਿੱਚ ਆਇਓ, ਡਾਕਖਾਨੇ ਦੇ ਵਿੱਚ ਗਏ, ਕੀ ਜਿਹੜਾ ਤੁਸੀਂ ਦੇਖਣ ਨੂੰ ਮਿਲਿਆ ਕਿ ਰਾਜ ਭਾਸ਼ਾ ਜਿਹੜੀ ਗੱਲ ਕੀਤੀ ਜਾਵੇ ਤਿੰਨ ਭਾਸ਼ਾਵਾਂ ਦੇ ਵਿੱਚ ਉਹ ਦ੍ਰਿਸ਼ ਦੇਖਣ ਨੂੰ ਮਿਲਿਆ ਕਿ ਨਹੀਂ ਦੇਖਿਆ? ਜੀ, ਇੱਥੇ ਮੈਂ ਪਟਿਆਲਾ ਦੇ ਹੈੱਡ ਆਫਿਸ ਦੇ ਵਿੱਚ ਪਹੁੰਚ ਕੇ ਦੇਖਿਆ, ਬਾਹਰ ਜਿਹੜੇ ਬੋਰਡ ਲੱਗੇ ਨੇ ਉੱਥੇ ਉਹਨਾਂ ਨੇ ਪੰਜਾਬੀ ਸ਼ਬਦ ਤੋਂ ਉੱਪਰ ਲਿਖਾ ਨੇ, ਬਹੁਤ ਖੁਸ਼ੀ ਦੀ ਗੱਲ ਹੈ, ਸ਼ੁਕਰਗੁਜ਼ਾਰ ਹਾਂ। ਪਰ ਮੈਂ ਜਦ ਅੰਦਰ ਗਿਆ ਤਾਂ ਮੈਨੂੰ ਪਤਾ ਚੱਲਿਆ ਤਾਂ ਆਫਿਸਰ ਦਾ ਨਾਂ ਪੰਜਾਬੀ 'ਚ ਨਹੀਂ ਲਿਖਿਆ ਗਿਆ, ਜਦਕਿ ਆਫਿਸ਼ਲ ਐਕਟ ਕਹਿੰਦਾ ਹੈ ਆਫਿਸਰ ਦਾ ਨਾਂ ਵੀ ਤਿੰਨ ਪਾਸੋਂ ਹੋਣਾ ਚਾਹੀਦਾ, ਉਹ ਵੀ ਸੂਬੇ ਦੇ ਪਾਸੇ ਸਭ ਤੋਂ ਉੱਪਰ, ਇੱਥੇ ਨਹੀਂ ਹੈਗਾ ਸੂਬੇ ਦੇ ਪਾਸੇ, ਪੰਜਾਬੀ 'ਚ ਨਹੀਂ ਲਿਖੇ ਨੇ ਜੋ ਗੈਰ ਕਾਨੂੰਨੀ। ਇਸ ਲਈ ਮੈਨੂੰ ਉਹਨਾਂ ਨੂੰ ਬੇਨਤੀ ਕੀਤੀ ਹੈ, ਉਹਨਾਂ ਨੇ ਕਿਹਾ ਕਿ ਜ਼ਰੂਰ ਲਿਖਾਉਣਗੇ 21 ਫਰਵਰੀ ਤੋਂ ਬਾਅਦ, ਜੇ ਲਿਖਾਉਣਗੇ ਤਾਂ ਸਹੀ, ਨਹੀਂ ਤਾਂ ਕਾਰਵਾਈ ਹੋਵੇ। ਅੱਛਾ ਪੰਡਿਤ ਜੀ, ਤੁਸੀਂ ਗੱਲ ਕੀਤੀ ਜਾਵੇ, ਤੁਸੀਂ ਕਿਹਾ ਵੀ ਜਿਹੜਾ ਕੇਂਦਰੀ ਮਹਿਕਮੇ ਨੇ ਤਾਂ ਉਹਦੇ ਵਿੱਚ ਜਿਹੜੀ ਮਾਤ ਭਾਸ਼ਾ ਉਹ ਲਿਖੀ ਜਾਵੇ, ਦੂਜੇ ਪਾਸੇ ਆਪਾਂ ਬੱਚਿਆਂ ਦੀ ਗੱਲ ਕੀਤੀ ਜਾਵੇ, ਜਿਹੜਾ ਕਰ ਸਰਕਾਰੀ ਸਕੂਲ ਨੇ ਜਾਂ ਪ੍ਰਾਈਵੇਟ ਸਕੂਲ ਨੇ ਤਾਂ ਉੱਥੇ ਜਿਹੜੀ ਇੰਗਲਿਸ਼ ਆ ਪੜ੍ਹਾਈ ਜਾਂਦੀ ਹੈ, ਬੱਚਿਆਂ ਨੂੰ ਪੰਜਾਬੀ ਜਿਹੜੀ ਹੈ ਬਹੁਤ ਘੱਟ ਆਉਂਦੀ ਹੈ, ਕਿ ਤੁਹਾਨੂੰ ਲੱਗਦਾ ਜਦੋਂ ਮਹਿਕਮੇ ਦੇ ਵਿੱਚ ਆਉਣਗੇ ਬੱਚੇ ਉਹ
तो समझ सकेंगे उस पंजाबी नूं, क्योंकि जेकर प्राइवेट स्कूलों के पंजाबी नहीं पढ़ाई जाएगी तो बच्चे किवें समझणगे। हाँ हाँ, तुहाडी सवाल बहुत सही है। देखो भावें वो प्राइवेट स्कूल पढ़ रहे ने या सरकारी स्कूल पढ़ रहे ने, उन्होंने पंजाबी कंपलसरी है। कुछ स्कूल दे विच पढ़ रहे ने बच्चे, देखो ना सिर्फ बच्चे लिए है, आम लोगों लिए जिहड़े लोग इत्थे कस्टमर पहुँचते हैं उन्होंने लिए वो लिखा गया लिखा जाता है। मैनू लगता है कितने कितने ये सारे लिए है, भावे वो छोटे हुए व्डे हुए। मैनू लगता है सारे बोर्ड होना चाहिए, मैनू लगता है ये सारे दफ्तर वाले लिखा होने की। हूँ भी गल की कि डिपार्टमेंट जाके आए हो कि तुम्हें लगता कि काम है सिरे चढ़िया, क्योंकि अक्सर पता की कहते मेरा नाल सवाल है भी पंडित राव धनेवर जी आ जाते हैं बोर्ड चकते हैं, कदे कलाकार मगर पै जाते हैं, कदे पंजाबी माँ बोली का प्रचार कर लग जाते हैं, पर आप कन्नड़ ने आप उन्होंने पंजाबी नहीं आती। महाराज देखो मैं कर्नाटक तो इतने आके मैं पैंती सीखी, जिन्हें मर्जी पावे कुछ कोई कुछ कहे, पर मैं पैंती अखर नू सीख के इस पवित्र भाषा नू सीख के श्री जपजी साहब नू कन्नड़ भाषा में अनुवाद करके मेरे माँ बोली तक पहुँचाया। लोग कुछ भी कहे मैनू लगता है वो मैनू तो असर नहीं है, मैं तो सिर्फ पंजाब की भाषा तो सभ्याचार का उन्नति लिए प्रफुल्लित लिए काम करांगा पावे कुछ भी हो। देखो बेकदरी केंद्र सरकार के दफ्तर में हो रहा है, बेकदरी सरकारी स्कूल कॉलेज दे विच हो रहा है, इसकी आवाज़ किसी ने किसी को उठाने की लोड़ है, तो मैं वो काम करता रहूँगा। मैं मेरे नज़र दे विच इस तो वध पवित्र कारज कोई हो ही नहीं सकता, मैं लगता मैं करता रहूँगा। पंडित जी जिस तरह गल की जो स्टार्टिंग जरा प्रचार करना शुरू किया ना, तो तुम जरा कलाकार मगर पे सी बब्बू मान मगर पे, ठीक है जी, सिद्धू मूसेवाले मगर पे, पर तुहानू जिहड़ा वो कमेंट बॉक्स दे विच तुसीं देखिया कि गालां पईआं, तो आखिरकार जिहड़े सिद्धू मूसेवाले दे परिवार ने उन्होंने भी जिहड़ा तुहानू एक सिद्धू मूसेवाले ने गालां भी कढ़िया जिहदे विच कहा सी बोर्ड चक चक के जिहड़ा फिरदा, वो गाने दे जिक्र भी कीता सी कि हुण कलाकार दे उपर कोई असर पिया जां नहीं पिया। देखो तुहानू याद होना पहली बार पटियाले दे बस अड्डे दे सामने ही खड़के वो मुहिम शुरुआत होया सी, तुसी ही पहले आके मेरा इंटरव्यू कीती सी, मैनू हुण भी याद है। उस तो बाद उस मुहिम दी असर तुसी देखो, बहुत सारे गायक लोग ऐसे गाना गाना छड़ दिते ने, खुद मानयोग मुख्यमंत्री ने नोटिस कट के कहा है कि किथे भी कोई भी गलत गाना नहीं होणगे, पर्चा दर्ज होया, श्री बराड जेल होके आए, होर की चाहिए महाराज। इस तो अलावा मैं खुद कोर्ट गया मानयोग हाई कोर्ट, कोर्ट दे विच तीन साल के लड़न तो बाद 22/7/2019 नो मानयोग हाई कोर्ट ने कहा ये गाना किथे भी नहीं चलना चाहिए, ऐतिहासिक फैसला होया, मेरा जित हुई उत्ते मेरा मतलब मेरा केस दी जित होया। इस तो वध की असर पाओगे तुसी, हुण कोई भी स्टेज ते गलत गाना नहीं गाते महाराज, गा के दिखाओ। मक्खन बराड गाया सी उत्थे मक्खन बठिंडा तो हैगा मक्खन जी, वो उन्होंने परचा होने वाले बच गए, माफी मंग लिया उन्होंने। अच्छा, मेरा मेरा दूजा सवाल है। हाँ, तो लोग फिर लोग विरोध क्यों करते हैं, कारण की है, क्योंकि फिर कहते कहते प्रोफेसर साहब जो ने एक बोर्ड चाक के पूरा पंजाब घूम जाते हैं, कद मेलिया के जाते हैं, वो पिछे तो जो शहीद दिहाड़ा से भी विरोध होया उ नहीं, विरोध जो करते हैं लोग कह भाव है वो जाग रहे ने, मैनू लगता है वो सवाल उठा रहे ने, सवाल उठा के पहले ही कोई भी काम करोगे लोग सवाल उठाएंगे किंतु परंतु करेंगे फिर जागरूक होंगे, यही प्रक्रिया ने लोग जागणगे अपनी माँ बोली लिए लड़नगे, लखा साधारण वर्ग लोग लड़नगे अपनी माँ बोली लड़नगे, तो उन्हें पता होना इतने कितने भी पंजाबी सब तो पर नहीं लिखा गया सी रोड पर, वो भी पहले बार तो गए दफ्तर रोडवेज दफ्तर तुसी भी आ गए से, उस तो बाद लखा साधारण वर्ग लोग जागे आंदोलन शुरू होया जेल गए हुन सब तो उपर पंजाबी लिखा गया। अच्छा, केंद्रीय डिपार्टमेंट की गल की है, तुम केंद्रीय महकमे के जाने हो कि तुम लगता केंद्र के जी सरकार है वो बीजेपी की है। हाँ, कि तुम लगता खुद वो हिंदी का प्रचार करते हैं, हिंदी को लागू करते हैं, कि तुम लगता जी ये डिपार्टमेंट का भी लागू करवा सकेंगे। महाराज ये केंद्र सरकार या बीजेपी सरकार की गल नहीं है, ये राजभाषा एक्ट की गल है, मैं नहीं छड़ना इन्हों भाषा एक्ट कहता है कि खेतरी भाषा सब तो उपर लिखाओ, मैं उत्थे ही यही तुक्का यही दलील लेके कोर्ट पहुँच जावगा, मैं दलील पेश करांगा इन्हों मैंने छड़ना पावे BSF होवे ITBP होवे या डाकखाना होवे। अच्छा, मैं मेरा एक होर सवाल है, पता जो हूँ तक गल की आवे किन्ने कोई कलाकार मिल चुके हो, क्योंकि जो जो प्रचार कर रहे हो हथियारे गाने ना गाए जाए, लक्चर गाना गाया ना गाया जाए, पंजाबी माँ बोली प्रमोट किया जाए, किन्ने कलाकार संपर्क के आए, जो तो सिद्धू मूसेवाले तो बाद बहुत विवाद चलिया
ਤਾਂ ਉਸ ਤੋਂ ਬਾਅਦ ਕਿੰਨੇ ਕਲਾਕਾਰ ਤੁਹਾਡੇ ਸੰਪਰਕ ਦੇ ਵਿੱਚ ਆਏ? ਨਹੀਂ, ਕੋਈ ਸੰਪਰਕ ਨਹੀਂ ਹੈ ਮਹਾਰਾਜ, ਕਿਸੇ ਨਾਲ ਮਿਲਣ ਲਈ ਮੈਂ ਗਿਆ ਨਹੀਂ, ਕਿਸੇ ਨਾਲ ਉਹ ਨਹੀਂ ਮੇਰੇ ਕੋਲ ਨਹੀਂ ਪਹੁੰਚਦੇ। ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਦੀ ਮਾਂ ਬੋਲੀ ਲਈ ਮੈਂ ਲੜ ਰਿਹਾ। ਉਹ ਸਾਰਿਆਂ ਨੂੰ, ਸਾਰੇ ਖੁਦ ਖੁਸ਼ ਨੇ, ਉਹ ਮੇਰਾ ਸਨਮਾਨ ਕਰਦੇ ਨੇ, ਬਹੁਤ ਸਨਮਾਨ ਕਰਦੇ। ਮੈਂ ਸਿਰਫ ਇੱਕ ਘਰ ਪਹੁੰਚ ਗਿਆ ਸੀ, ਉਹੀ ਸਿੱਧੂ ਮੂਸੇਵਾਲਾ ਦੇ ਘਰ, ਉਹਨਾਂ ਨੂੰ ਮਾਂ ਨੂੰ ਮਿਲ ਕੇ ਆ ਗਿਆ ਸੀ ਮੈਂ 2018 ਦੇ ਵਿੱਚ। ਮੈਨੂੰ ਪਤਾ ਸੀ ਇਸ ਗੱਭਰੂ ਦੀ ਆਵਾਜ਼, ਲੋਕ ਗੀਤ ਗਾਉਣ ਦੀ ਆਵਾਜ਼ ਹੈ। ਤੁਹਾਡਾ ਉਹਨੇ ਗਾਣਾ ਵੀ ਗਾਇਆ ਸੀ ਫਿਰ, ਚੱਕ ਚੱਕ ਕੇ ਬੋਟ ਜਿਹੜੇ ਘੁੰਮਦੇ ਨੇ ਉਹ? ਭਾਵੇਂ ਉਹ ਗਾਇਓ ਹੋਣਗੇ, ਪਰ ਉਹਨਾਂ ਦੀ ਹੁਨਰ ਮੈਂ ਪਹੁੰਚ ਗਿਆ, ਪਹਿਚਾਣ ਕੇ। ਉਸਦੀ ਹੁਨਰ ਸੀ ਮਹਾਰਾਜ ਬੰਦਾ ਸਿੰਘ ਬਹਾਦੁਰ ਦੀ ਵਾਰਾਂ ਸੁਣਾਉਣ ਦੀ, ਬਾਬਾ ਨਾਨਕ ਦੀ ਗੁਣਗਾਣ ਗਾਉਣ ਦੀ, ਲੋਕ ਗੀਤ ਗਾਉਣ ਦੀ ਆਵਾਜ਼ ਸੀ। ਉਹ ਕੰਠ ਕਮਾਲ ਦੀ ਸੀ, ਉਹ ਕੰਠ ਉਹ ਅਸੀਂ ਖੋ ਚੁੱਕੇ ਹਾਂ ਮਹਾਰਾਜ। ਉਸ ਪਹਿਚਾਣ ਕੇ ਉਹਨਾਂ ਦੇ ਘਰ ਗਿਆ ਸੀ ਮੈਂ। ਉਸ ਤੋਂ ਬਾਅਦ ਕਿਸੇ ਦੇ ਘਰ ਨਹੀਂ ਗਿਆ ਮੈਂ, ਭਾਵੇਂ ਉਹ ਅਸੀਂ ਬੱਬੂ ਮਾਨ ਦੇ ਦਫ਼ਤਰ ਸਾਹਮਣੇ ਖੜ ਕੇ ਪ੍ਰਚਾਰ ਕਰਕੇ ਆ ਗਏ ਸੀ। ਮੇਰਾ ਮਕਸਦ ਇੱਕੋ ਇੱਕ ਸੀਗਾ ਉਸ ਵਕਤ ਕਿ ਇਸ ਭਾਸ਼ਾ ਦੀ ਸਨਮਾਨ ਹੋਵੇ, ਲੱਚਰ ਸ਼ਰਾਬੀ ਹਥਿਆਰੀ ਗਾਣਾ ਬੰਦ ਹੋਵੇ, ਇਸ ਗਾਣੇ ਦੇ ਵਿੱਚ ਉਹ ਸਿਰਫ ਤਾਂ ਸਿਰਫ ਲੋਕ ਪੰਜਾਬ ਵਿੱਚ ਗੁਣਗਾਣ ਹੋਵੇ। ਅੱਛਾ, ਉਸ ਤੋਂ ਬਾਅਦ ਗੱਲ ਕੀਤੀ ਜਾਵੇ, 21 ਫਰਵਰੀ ਤੱਕ ਤੁਸੀਂ ਟਾਈਮ ਦਿੱਤਾ, ਜੇਕਰ 21 ਫਰਵਰੀ ਤੱਕ ਡਿਪਾਰਟਮੈਂਟ ਦੇ ਵਿੱਚ ਭਾਸ਼ਾ ਨਾ ਲਾਗੂ ਹੋਈ ਕੇਂਦਰੀ ਮਹਿਕਮੇ ਦੇ ਵਿੱਚ, ਤਾਂ ਫਿਰ ਅੱਗੇ ਤੁਹਾਡੇ ਵੱਲੋਂ ਕੀ ਸਟੈਪ ਹੋਊਗਾ? ਹਾਈ ਕੋਰਟ ਦਾ ਰੁਖ ਕੀਤਾ ਜਾਊਗਾ, ਕੀ ਹੋਊਗਾ? ਪੱਕੀ ਗੱਲ ਹੈ, ਕਿੱਥੇ ਵੀ ਨਹੀਂ ਰੁਕਣਾ ਮੈਂ। ਉਹਨਾਂ ਨੂੰ ਲੀਗਲ ਨੋਟਿਸ ਆਲਰੇਡੀ ਕੱਢਿਆ ਹੋਇਆ ਸਾਰਿਆਂ ਨੂੰ। ਅੱਛਾ, ਉਸ ਤੋਂ ਬਾਅਦ 21 ਫਰਵਰੀ ਤੋਂ ਬਾਅਦ ਸਿੱਧਾ ਇੱਕ PIL ਹੁੰਦਾ ਹੈ, ਪਬਲਿਕ ਇੰਟਰਸਟ ਲਿਟੀਗੇਸ਼ਨ, ਮੈਂ ਪਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਮੰਗ ਕਰਾਂਗਾ। ਪਹਿਲੇ ਤਾਂ ਰਾਜ ਭਾਸ਼ਾ ਵਾਲੇ ਨੇ ਐਕਸਪਲੇਨੇਸ਼ਨ ਮੰਗਣਗੇ ਮਹਾਰਾਜ। ਰਾਜ ਭਾਸ਼ਾ ਵਿਭਾਗ ਹੈ ਦਿੱਲੀ ਦੇ ਵਿੱਚ, ਆਫਿਸਰ ਬੈਠੇ ਨੇ, ਉਹ ਇਹਨਾਂ ਤੋਂ ਜਵਾਬ ਮੰਗਣਗੇ, ਤੁਸੀਂ ਕਿਉਂ ਨਹੀਂ ਲਿਖਾਇਆ? ਪੰਡਿਤ ਰਾਓ ਨੇ ਬੇਨਤੀ ਪੱਤਰ ਦਿੱਤੀ, RTI ਦੇ ਮਾਹਿਤੀ ਮੰਗਿਆ, ਉਸ ਤੋਂ ਬਾਅਦ ਵੀ ਤੁਸੀਂ ਨਹੀਂ ਲਗਾਓਗੇ, ਇਹ ਉਲੰਘਣ ਹੈ, ਲਗਾਓ, ਜੇ ਨਹੀਂ ਲਗਾਉਣਗੇ ਕੋਰਟ ਦੇ। ਮੇਰਾ ਲਾਸਟ ਸਵਾਲ ਹੈ, ਹਾਂਜੀ, ਪੰਡਿਤ ਰਾਓ ਧਨੇਵਰ ਜਦੋਂ ਪ੍ਰਚਾਰ ਕਰਨ ਲੱਗੇ ਸੀ, ਕਲਾਕਾਰਾਂ ਦੇ ਪਿੱਛੇ ਪਏ ਸੀ, ਪੰਜਾਬੀ ਦਾ ਪ੍ਰਚਾਰ ਕਰਨ ਲੱਗੇ ਸੀ, ਤਾਂ ਕਿੰਨੀ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਕਹਿੰਦਾ ਤੁਹਾਨੂੰ ਜਿਹੜਾ ਥਾਣੇ ਦੇ ਵਿੱਚ ਜਾਣਾ ਪਿਆ ਸੀ, ਕਦੀ ਵਾਰੀ ਕੋਈ ਇੱਦਾਂ ਦਾ ਮਾਰਕ ਹੋਇਆ ਸੀ ਵਾਕਿਆ? ਨਹੀਂ, ਕਿੱਥੇ ਵੀ ਨਹੀਂ। ਅੱਛਾ, ਪੰਜਾਬ ਪੁਲਿਸ ਮੈਂ ਸਲਾਮ ਕਰਦਾ, ਪੰਜਾਬ ਪੁਲਿਸ ਕਦੇ ਵੀ ਮੈਨੂੰ ਕੋਈ ਵੀ ਕਿੰਤੂ ਪੈਂਤੂ ਨਹੀਂ ਕਰਦੇ ਨੇ। ਮੈਨੂੰ ਲੱਗਦਾ ਹੈ ਮੈਂ ਕਾਨੂੰਨ ਦੇ ਤਹਿਤ ਕੰਮ ਕਰਦਾ, ਉਹ ਜਾਣਦੇ, ਕੋਈ ਨਹੀਂ, ਕੁਛ ਨਹੀਂ, ਕੋਈ ਮੁਸ਼ਕਿਲ ਨਹੀਂ। ਦੇਖੋ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਜ ਜਨਮ ਦਿਹਾੜਾ ਹੈ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਾਹ 'ਚ ਚੱਲਣ ਵਾਲਾ ਹਾਂ, ਮੈਂ 25 ਲੱਖ ਦੀ ਸ਼ਕਤੀ ਮੇਰੇ ਕੋਲ ਹੈ, ਮੈਨੂੰ ਪਤਾ ਨਹੀਂ ਅਹਿਸਾਸ ਮਹਿਸੂਸ ਹੁੰਦੀ ਹੈ ਮੈਨੂੰ, ਉਹ 25 ਲੱਖ ਦੀ ਸ਼ਕਤੀ ਤੁਹਾਡੇ ਕੋਲ ਜਦ ਪਹੁੰਚ ਜਾਂਦੀ ਹੈ ਨਾ, ਮੁਸ਼ਕਿਲ ਹੋ ਹੀ ਨਹੀਂ ਸਕਦਾ ਮਹਾਰਾਜ। ਓਕੇ, ਇਹ ਗੁਰੂ ਗੋਬਿੰਦ ਸਿੰਘ ਦੇ ਕਲਾਮ ਹੈ। ਇੱਕ ਲੋਕ ਇਹ ਵੀ ਭਲ ਕਹਿੰਦੇ ਨੇ, ਕਹਿੰਦੇ ਪੰਡਿਤ ਰਾਓ ਤਾਂ ਪ੍ਰੋਫੈਸਰ ਸਾਹਿਬ ਨੇ ਪਰ ਪ੍ਰਚਾਰ ਕਰ ਰਹੇ, ਕਹਿੰਦੇ ਕਿਤੇ ਨਾ ਕਿਤੇ ਫੰਡਿੰਗ ਜ਼ਰੂਰ ਹੁੰਦੀ ਹੋਊਗੀ, ਕਿ ਇੱਦਾਂ ਦਾ ਵੀ ਹੈ ਕਿ ਤੁਹਾਡਾ ਆਪਣਾ ਬੇਸਿਕਲ ਕੰਮ ਹੈ ਕੀ ਹੈ ਫਿਰ? ਮਹਾਰਾਜ, ਮੈਂ ਅਸਿਸਟੈਂਟ ਪ੍ਰੋਫੈਸਰ ਹਾਂ, ਗੌਰਮੈਂਟ ਕਾਲਜ ਚੰਡੀਗੜ੍ਹ, 2 ਲੱਖ ਰੁਪਏ ਮੇਰਾ ਤਨਖਾਹ ਹੈ, ਸਭ ਕੁਛ ਖਰਚ ਹੋਣ ਤੋਂ ਬਾਵਜੂਦ ਵੀ ਬਚ ਜਾਂਦਾ ਹੈ ਮੇਰਾ ਘਰ ਦੇ ਵਿੱਚ। ਮੈਂ ਕੋਈ ਕਿਸੇ ਤੋਂ ਫੰਡ ਨਹੀਂ ਲੈਣਾ, ਭਾਵੇਂ ਤੁਸੀਂ ਚੱਕਰ ਦਿਓ, ED ਨੂੰ ਭੇਜੋ, ਮੇਰਾ ਘਰ ਖਾਲੀ ਹੈ, ਮੈਂ ਸਿਰਫ ਸੈਲਰੀ ਦੀ ਮੈਂ ਤਨਖਾਹ। ਲੋਕ ਤਾਂ ਹਜ਼ਾਰੋਂ ਗੱਲ ਕਹਿਣਗੇ, ਪਰ ਸੱਚਾਈ ਇਹ ਹੈ, ਬਾਬਾ ਨਾਨਕ ਦੀ ਰਾਹ 'ਤੇ ਚੱਲਣ ਵਾਲਾ, ਮਿਹਨਤ ਕਰਕੇ ਔਰ ਨੌਕਰੀ ਕਰਕੇ ਜਿੰਨੇ ਸੈਲਰੀ ਆਉਂਦਾ ਉੱਥੇ ਹੀ ਮੈਂ ਖੁਸ਼ ਹਾਂ। ਮੇਰੇ ਬੇਟੀ ਦਾ ਨਾਂ ਖੀਵੀ ਰੱਖਿਆ ਮੈਂ, ਹਰ ਵਕਤ ਮੇਰਾ ਘਰ ਦੇ ਵਿੱਚ ਉਹ ਗੁਣਗਾਨ ਬਾਬਾ ਨਾਨਕ ਦੀ ਹੈ, ਉਹ ਸੱਚਾਈ ਹੈ, ਇਨਸਾਨੀਅਤ ਹੈ, ਇਮਾਨਦਾਰੀ ਹੈ। ਸੋ ਬਿਲਕੁਲ, ਇਹ ਸਨ ਪੰਡਿਤ ਰਾਓ ਧਨੇਵਰ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਚੜ੍ਹਦੀ ਕਲਾ TIME TV ਦੇ ਨਾਲ ਗੱਲਬਾਤ ਕੀਤੀ ਹੈ। ਬਾਕ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਇਹਨਾਂ ਨੇ ਦਿੱਤੇ ਨੇ, ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ 21 ਫਰਵਰੀ ਤੱਕ ਜਿਹੜੇ ਕੇਂਦਰੀ ਮਹਿਕਮੇ ਦਫ਼ਤਰਾਂ ਦੇ ਵਿੱਚ 3 ਭਾਸ਼ਾਵਾਂ ਦੇ ਵਿੱਚ ਜਿਹੜੇ ਬੋਰਡ ਨੇ ਨਾ ਲੱਗੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੋਰਟ ਦਾ ਦਰਵਾਜ਼ਾ ਖੜਕਾ ਕੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ।